ਜੀ ਜੇ ਵੇਖੀਏ ਤਾਂ ਕੱਲ੍ਹ ਦਾ ਸੂਰਜ ਨਹੀਂ ਨਿਕਲਿਆ, ਕੱਲ੍ਹ ਸਾਰਾ ਦਿਨ ਵੀ ਧੁੰਦ ਰਹੀ ਅਤੇ ਰਾਤ ਉਸ ਤੋਂ ਵੀ ਦੁੱਗਣੀ ਹੈ। ਢੁੰਡ ਤੋਂ ਬਾਅਦ ਜੀ ਅਸੀਂ ਇਲਾਕੇ ਵੱਲੋਂ ਲੱਕੜਾਂ ਕੱਚੀਆਂ ਪੱਕੀਆਂ ਗਿੱਲੀਆਂ ਲਿਆ ਕੇ ਸਾਡੇ ਕਿਸਾਨ ਮਜ਼ਦੂਰ ਤੁਹਾਡੇ ਸਾਹਮਣੇ ਵੇਖੋ ਧੂਣਾ ਲਾ ਕੇ ਬੈਠੇ ਹੋਏ ਹਾਂ। ਆਪਾਂ ਲਾਈਟਾਂ ਜਗਾ ਕੇ ਚੱਲਾਂਗੇ ਤਾਂ ਆਪਣਾ ਗੱਡੀਆਂ ਤੋਂ ਬਚਾਅ ਹੋ ਸਕਦਾ, ਔਰ ਧੁੰਦ ਜੋ ਜਿੰਨੀ ਪੈ ਰਹੀ ਹੈ ਇਸ ਤੋਂ ਆਪਾਂ ਬਚਾਅ ਕਰਨਾ ਹੈ ਤਾਂ ਫਿਰ ਅੱਗ ਦਾ ਸਾਰਾ ਹੀ ਲਿਆ ਜਾ ਸਕਦਾ। ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਖੜ੍ਹੇ ਹੈਗੇ ਆ। ਫਿਰੋਜ਼ਪੁਰ ਦੇ ਵਿੱਚ ਧੁੰਦ ਕਾਫੀ ਪੈ ਰਹੀ ਹੈਗੀ ਹੈ, ਤਾਂ ਸਵੇਰ ਦੇ ਵੇਲੇ ਵੀ ਕਾਫੀ ਧੁੰਦ ਹੁੰਦੀ ਹੈ ਤਾਂ ਰਾਤ ਨੂੰ ਵੀ ਕਾਫੀ ਧੁੰਦ ਹੁੰਦੀ ਹੈ। ਤਾਂ ਧੁੰਦ ਦੇ ਵਿੱਚ ਜਿੱਥੇ ਲੋਕ ਇੱਕ ਥਾਂ ਤੋਂ ਦੂਜੇ ਥਾਂ ਜਾਂਦੇ ਹੈਗੇ ਆ ਗੱਡੀ ਚਲਾ ਕੇ ਜਾਂ ਕਿਸੇ ਵੀ ਵਹੀਕਲ 'ਤੇ ਜਾਂਦੇ ਹੈਗੇ ਆ, ਤਾਂ ਲਾਈਟਾਂ ਚਲਾ ਕੇ ਆਪਣੇ ਵਹੀਕਲਾਂ ਦੀ ਜਾਂਦੇ ਹੈਗੇ ਆ। ਧੁੰਦ ਦੇ ਵਿੱਚ ਕੁਛ ਵੀ ਜਿਹੜਾ ਨਜ਼ਰ ਨਹੀਂ ਆਉਂਦਾ ਹੈਗਾ, ਕਈ ਵਾਰ ਤਾਂ ਜ਼ੀਰੋ ਵਿਜ਼ੀਬਿਲਟੀ ਵੀ ਹੁੰਦੀ ਹੈ। ਤਾਂ ਲੋਕ ਕਿੱਦਾਂ ਬਚਾਅ ਕਰਦੇ ਹੈਗੇ ਆ ਉਸ ਦੇ ਬਾਰੇ ਵੀ ਦੱਸਦੇ ਆ। ਪਹਿਲੇ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹਾਂ, ਫਿਰੋਜ਼ਪੁਰ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ। ਇਸ ਟਾਈਮ ਅਸੀਂ ਨੈਸ਼ਨਲ ਹਾਈਵੇ ਦੇ ਉੱਪਰ ਮੌਜੂਦ ਹਾਂ, ਫਿਰੋਜ਼ਪੁਰ ਲੁਧਿਆਣਾ ਨੈਸ਼ਨਲ ਹਾਈਵੇ ਹੈ। ਤਾਂ ਧੁੰਦ ਜਿਹੜੀ ਹੈ ਉਹ ਪੈ ਰਹੀ ਹੈਗੀ ਹੈ, ਧੁੰਦ ਜਿਹੜੀ ਹੈ ਸੰਘਣੀ ਧੁੰਦ ਹੈਗੀ ਹੈ, ਤਾਂ ਜਿਹਦੇ ਕਰਕੇ ਲੋਕ ਆਪਣੇ ਵਹੀਕਲਾਂ ਦੀਆਂ ਲਾਈਟਾਂ ਚਲਾ ਕੇ ਜਿਹੜਾ ਜਾਂਦੇ ਹੋਏ ਨਜ਼ਰ ਆ ਰਹੇ ਹੈਗੇ ਨੇ। ਤਾਂ ਜਿੱਥੇ ਜਾ ਰਹੇ ਆ ਜੈਕਟਾਂ ਪਾਈਆਂ ਹੋਈਆਂ, ਸਿਰ ਢੱਕਿਆ ਹੋਇਆ ਤਾਂ ਕਿ ਠੰਡ ਤੋਂ ਬਚਾਅ ਹੋ ਸਕੇ। ਤਾਂ ਵਹੀਕਲਸ ਦੇ ਉੱਪਰ ਲੋਈ ਲੈ ਕੇ ਜਾਂਦੇ ਹੋਏ ਨਜ਼ਰ ਆਉਂਦੇ ਹੈਗੇ ਆ। ਤਾਂ ਤਸਵੀਰ ਤੁਹਾਨੂੰ ਇਸ ਪਾਸੇ ਦੀ ਦਿਖਾ ਦੇਣਾ ਚਾਹੁੰਦੇ ਹਾਂ, ਤੁਸੀਂ ਦੇਖ ਸਕਦੇ ਹੋ ਜਿਹੜੀਆਂ ਟਰਾਲੀਆਂ ਜਾ ਰਹੀਆਂ ਹੈਗੀਆਂ ਲਾਈਟਾਂ ਚਲਾ ਕੇ, ਟਰੈਕਟਰ ਟਰਾਲੀਆਂ ਜਿਹੜੀਆਂ ਜਾ ਰਹੀਆਂ ਹੈਗੀਆਂ ਜਾਂ ਗੱਡੀ ਦੀਆਂ ਫੋਗ ਲਾਈਟਾਂ ਚਲਾ ਕੇ ਜਿਹੜੇ ਜਾ ਰਹੇ ਹੈਗੇ ਆ, ਸਪੀਡ ਵੀ ਜਿਹੜੀ ਹੈ ਉਹ ਘੱਟ ਜਾਂਦੀ ਹੈਗੀ ਹੈ। ਤਾਂ ਇੱਥੇ ਮੌਜੂਦ ਵੀ ਹੈਗੇ ਆ ਕਿਸਾਨ, ਮੌਜੂਦ ਹੈਗੇ ਆ, ਗੱਲਬਾਤ ਕਰਦੇ ਹੈਗੇ ਆ, ਅੱਗ ਸੇਕ ਰਹੇ ਹੈਗੇ ਆ, ਠੰਡ ਤੋਂ ਬਚਾਅ ਆਪਦਾ ਕਰਦੇ ਹੋਏ ਨਜ਼ਰ ਆ ਰਹੇ ਹੈਗੇ ਆ। ਠੰਡ ਜਿਹੜੀ ਆ ਲਗਾਤਾਰ ਵੱਧਦੀ ਜਾ ਰਹੀ ਹੈ, ਕਿੱਦਾਂ ਬਚਾਅ ਕਰਦੇ ਆ ਗੱਲਬਾਤ ਕਰਦੇ ਆ। ਕੀ ਨਾਮ ਹੈ ਜੀ ਤੁਹਾਡਾ? ਮੈਂ ਮੰਗਲ ਸਿੰਘ ਜੀ। ਮੰਗਲ ਸਿੰਘ ਜੀ, ਠੰਡ ਕਿੰਨੀ ਕੁ ਪੈ ਰਹੀ ਹੈਗੀ ਹੈ? ਠੰਡ ਤਾਂ ਤੁਹਾਨੂੰ ਸਾਡਾ ਜ਼ਿਆਦਾ ਪਤਾ, ਸਾਰੇ ਘੁੰਮ ਰਹੇ ਹੋ, ਠੰਡ ਤਾਂ ਬੇਹੱਦ ਹੈ ਜੀ। ਜੇ ਵੇਖੀਏ ਤਾਂ ਕੱਲ੍ਹ ਦਾ ਸੂਰਜ ਨਹੀਂ ਨਿਕਲਿਆ, ਕੱਲ੍ਹ ਸਾਰਾ ਦਿਨ ਵੀ ਧੁੰਦ ਰਹੀ ਅਤੇ ਰਾਤ ਉਸ ਤੋਂ ਵੀ ਦੁੱਗਣੀ ਹੈ। ਅੱਜ ਵੀ ਧੁੰਦ ਤੋਂ ਕਿਵੇਂ ਬਚਾਅ ਕਰਨਾ ਚਾਹੀਦਾ, ਠੰਡ ਤੋਂ ਕਿਵੇਂ ਬਚਾਅ ਕਰਨਾ ਚਾਹੀਦਾ? ਧੁੰਦ ਤੋਂ ਬਾਅਦ ਜੀ ਅਸੀਂ ਇਲਾਕੇ ਵੱਲੋਂ ਲੱਕੜਾਂ ਕੱਚੀਆਂ ਪੱਕੀਆਂ ਗਿੱਲੀਆਂ ਲਿਆ ਕੇ ਸਾਡੇ ਕਿਸਾਨ ਮਜ਼ਦੂਰ ਤੁਹਾਡੇ ਸਾਹਮਣੇ ਵੇਖੋ ਧੂਣਾ ਲਾ ਕੇ ਬੈਠੇ ਹੋਏ ਹਾਂ। ਸਾਰੀ ਰਾਤ ਵੀ ਇਵੇਂ ਕਰਦੇ ਹਾਂ ਅਤੇ ਸਾਰਾ ਦਿਨ ਵੀ ਅਸੀਂ ਅੱਗ ਸੇਕ ਕੇ ਗੁਜ਼ਾਰਾ ਕਰ ਰਹੇ। ਜੇ ਵੇਖਿਆ ਜਾਵੇ ਤਾਂ ਜੋ ਧੁੰਦ ਹੁੰਦੀ ਹੈ, ਜ਼ੀਰੋ ਵਿਜ਼ੀਬਿਲਟੀ ਹੁੰਦੀ ਹੈ ਹਰ ਨੈਸ਼ਨਲ ਹਾਈਵੇ 'ਤੇ, ਫਿਰ ਲੋਕਾਂ ਨੂੰ ਕਿਵੇਂ ਜਾਣਾ ਚਾਹੀਦਾ ਹੈਗਾ? ਮੈਂ ਕਹਿੰਦਾ ਜੀ ਜਿਹੜੀਆਂ ਸਪੀਡ ਨੇ ਕਾਰਾਂ ਆਉਂਦੀਆਂ ਨੇ ਉਹ ਆਪਦੀ ਜਾਨ ਮਾਲ ਦੀ ਰੱਖਿਆ ਆਪ ਕਰਨ। ਅਸੀਂ ਜੇ ਟੂਲ ਪਰਾਜੇ ਫ੍ਰੀ ਕੀਤੇ ਨੇ, ਇੱਥੋਂ ਮੇਰੇ ਵੀਰ ਜਿਹੜੇ ਨੇ ਬੜੀ ਤੇਜ਼ੀ ਨਾਲ ਰਫ਼ਤਾਰ 'ਚ ਜਾਂਦੇ ਨੇ, ਕਿਉਂਕਿ ਧੁੰਦ ਦੇ ਕਾਰਨ ਇਹਨਾਂ ਨੂੰ ਜਿਹੜੀ ਆਪਣੀ ਕੋਈ ਸਪੀਡ ਜਾਂ ਆਪਦਾ ਜਿਹੜੀ ਅੱਗੋਂ ਬਚਾਅ ਕਰਨਾ ਹੈ, ਆਪਦਾ ਬਚਾਅ ਆਪ ਹੀ ਕਰਨਾ ਪਏਗਾ, ਕਿਉਂਕਿ ਧੁੰਦ ਦੇ ਵਿੱਚ ਕਿਸੇ ਨੂੰ ਕੁਛ ਅੱਗੋਂ ਦਿਸਦਾ ਨਹੀਂਗਾ। ਬਿਲਕੁਲ, ਕਿਵੇਂ ਵੇਖਦੇ ਹੋ ਧੁੰਦ ਦੇ ਵਿੱਚ ਕਿਵੇਂ ਬਚਾਅ ਕਰਨਾ ਚਾਹੀਦਾ ਹੈਗਾ ਲੋਕਾਂ ਨੂੰ ਆਪਣਾ? ਧੁੰਦ ਦੇ ਵਿੱਚ ਜੇ ਆਪਾਂ ਲਾਈਟਾਂ ਜਗਾ ਕੇ ਚੱਲਾਂਗੇ ਤਾਂ ਆਪਣਾ ਗੱਡੀਆਂ ਤੋਂ ਬਚਾਅ ਹੋ ਸਕਦਾ, ਔਰ ਧੁੰਦ ਜੋ ਜਿੰਨੀ ਪੈ ਰਹੀ ਹੈ ਇਸ ਤੋਂ ਆਪਾਂ ਬਚਾਅ ਕਰਨਾ ਤਾਂ ਫਿਰ ਅੱਗ ਦਾ ਸਾਰਾ ਹੀ ਲਿਆ ਜਾ ਸਕਦਾ ਹੈ। ਤਾਂ ਕਿਵੇਂ ਬਚਾਅ ਕਰ ਰਹੇ ਹੋ ਧੁੰਦ ਤੋਂ, ਜੈਕਟ ਜੁਕਟ ਪਾ ਕੇ? ਹਾਂਜੀ ਹਾਂਜੀ, ਅਸੀਂ ਤਾਂ ਆਪਦਾ ਸਭ ਕੁਛ ਪ੍ਰਬੰਧ ਕਰਕੇ ਕਰਨਾ ਤਾਂ ਪੈਂਦਾ ਹੀ ਹੈ ਬਾਰਿਸ਼ ਵਿੱਚ, ਮੌਸਮ ਦੇ ਖਰਾਬ ਵਿੱਚ, ਬਿਸਤਰੇ ਵਗੈਰਾ ਅੱਗ ਦਾ ਸਾਰਾ ਲੈ ਰਹੇ ਹਾਂ, ਚਾਹ ਪੀ ਰਹੇ ਹਾਂ, ਸਭ ਕੁਛ ਕਰ ਰਹੇ ਹਾਂ। ਹਾਂਜੀ ਹਾਂਜੀ, ਤਾਂ ਬਿਲਕੁਲ ਠੰਡ ਜਿਹੜੀ ਆ ਉਹ ਕਾਫੀ ਵੱਧਦੀ ਹੋਈ ਨਜ਼ਰ ਆ ਰਹੀ ਹੈਗੀ ਹੈ, ਧੁੰਦਾਂ ਵੀ ਪੈ ਰਹੀਆਂ ਹੈਗੀਆਂ ਨੇ। ਤਾਂ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹੈਗੇ ਆ, ਤਸਵੀਰ ਤੁਸੀਂ ਦੇਖ ਸਕਦੇ ਹੋ, ਨੈਸ਼ਨਲ ਹਾਈਵੇ ਦੇ ਉੱਪਰ ਮੌਜੂਦ ਹੈਗੇ ਆ। ਤਾਂ ਟੋਲ ਦੇ ਉੱਪਰ ਇਹ ਬੈਠੇ ਹੋਏ ਆ, ਟੋਲ ਫ੍ਰੀ ਕੀਤੇ ਹੋਏ ਆ ਕਿਸਾਨਾਂ ਨੇ। ਤਾਂ ਇਹਨਾਂ ਦਾ ਵੀ ਕਹਿਣਾ ਕਿ ਲੋਕਾਂ ਨੂੰ ਆਪਣੀ ਰਫ਼ਤਾਰ ਹੈ ਉਹ ਘੱਟ ਰੱਖਣੀ ਚਾਹੀਦੀ ਹੈਗੀ ਹੈ। ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ, ਨੈਸ਼ਨਲ ਹਾਈਵੇ ਦੇ ਉੱਪਰ ਮੌਜੂਦ ਆ। ਤਾਂ ਧੁੰਦ ਜਿਹੜੀ ਹੈ, ਧੁੰਦ ਜਿਹੜੀ ਹੈਗੀ ਹੈ ਉਹ ਕਾਫੀ ਹੈ, ਤਾਂ ਜਿਹਦੇ ਕਰਕੇ ਲੋਕਾਂ ਨੂੰ ਆਪਣਾ ਬਚਾਅ ਕਰਨਾ ਚਾਹੀਦਾ ਹੈਗਾ। ਗੱਡੀਆਂ ਦੀ ਸਪੀਡ ਹੈ ਜਿਹੜੀ ਉਹ ਘੱਟ ਕਰਨੀ ਚਾਹੀਦੀ ਹੈਗੀ ਹੈ, ਜਿਹੜੀ ਰਫ਼ਤਾਰ ਹੈ, ਕਿਉਂਕਿ ਧੁੰਦ ਜਦੋਂ ਜ਼ੀਰੋ ਵਿਜ਼ੀਬਿਲਟੀ ਦੀ ਹੋ ਜਾਂਦੀ ਹੈ ਤਾਂ ਉਹ ਖੁਦ ਗੱਡੀਆਂ ਜਿਹੜੀਆਂ ਲਾਈਨਾਂ ਬਣਾ ਕੇ ਜਿਹੜੀਆਂ ਜਾਂਦੀਆਂ ਹੈਗੀਆਂ ਨੇ, ਤਾਂ ਕਿ ਇੱਕ ਦੂਜੇ ਦੇ ਮਗਰ ਹੁੰਦੇ ਆ, ਤਾਂ ਉਸਦੇ ਮਗਰ ਡਿਸਟੈਂਸ ਵੀ ਹੁੰਦਾ, ਤਾਂ ਆਪਣੀ ਮੰਜ਼ਿਲ ਦੇ ਉੱਪਰ ਪਹੁੰਚਦੇ ਹੈਗੇ ਆ, ਜਾਂ ਕਾਰਾਂ ਦੀਆਂ ਮੋਟਰਸਾਈਕਲਾਂ ਦੀਆਂ ਲਾਈਟਾਂ ਚਲਾ ਕੇ ਜਿਹੜਾ ਜਾਂਦੇ ਹੋਏ ਨਜ਼ਰ ਆਉਂਦੇ ਹੈਗੇ ਆ। ਠੰਡ ਤੋਂ ਅੱਗ ਸੇਕ ਕੇ ਜਾਂ ਗਰਮ ਕੱਪੜੇ ਪਾ ਕੇ ਲੋਕ ਆਪਣਾ ਬਚਾਅ ਕਰਦੇ ਹੋਏ ਨਜ਼ਰ ਆ ਰਹੇ ਹੈਗੇ ਆ। ਕੈਮਰਾ ਪਰਸਨ ਰੋਹਿਤ ਦੇ ਨਾਲ ਸਨੀ ਚੋਪੜਾ, ਜਗਬਾਣੀ ਟੀਵੀ, ਫਿਰੋਜ਼ਪੁਰ।